संगरूर च चोरां ते लुटेरियां दे हौसले किन्ने बुलंद हन, ये इस घटना तो ही पता चलता है। दस दिए कि जिला संगरूर च दो वक्ख वक्ख जगह ते चोरियां होईयां, पर यह चोरियां एक ही गिरोह वल्लों कीतियां गईयां। जानकारी मुताबक जिला संगरूर च ट्रैक्टर ते ट्राली की चोरी हुई सी, जिस दे कुछ दिन बाद लहरा गागा विच भी चोर नवी कार लैके रफू चक्कर हो गए। सीसीटीवी फुटेज तो पता चलता है कि ट्रैक्टर ते कार चोरी करने वाला गिरोह एक ही है। पीड़ित का कहना है कि सीसीटीवी फुटेज पुलिस नूं दे दित्ती गई है अते उन्हां नूं भरोसा है कि चोर जल्द तो जल्द फड़े जाणगे। साडा एक ट्रैक्टर ट्राली जो परसों सवेरे 2:30 बजे गौशाला रोड तो चोरी होया, उस दे संबंध विच असीं अपना सुनाम लहरा एरिया असीं पूरा कवर किया, जो सानूं नहीं मिलिया। हुण सानूं पता लग्या भी कल रात लहरे गागे भी एक करेटा कार चोरी हुई है। असी वीडियो मंगवाई, सेम बंदे उही ने जो साडे ट्रैक्टर वगैरह नूं लैके गए ने, ते असीं हुण उस दे संबंध विच लहरे उस परिवार दे कोल आए होए हां। सीसीटीवी फुटेज आए तुहाडे ट्रैक्टर दे? हांजी, कई थां आया जी। ਕਿੱਥੇ ਤੱਕ ਆਏ ਨੇ? ਉਹ ਆਪਣਾ ਜੀ ਲਹਿਰੇ ਤੋਂ ਜਦੋਂ ਮੋਨਕ ਨੂੰ ਮੁੜਦੇ ਆ ਰਿਲਾਇੰਸ ਪੰਪ ਤੱਕ ਆਏ ਨੇ। ਗੱਡੀ ਆਪਾਂ 28 ਤਰੀਕ ਨੂੰ ਇਹ ਐਕਸ ਮਾਡਲ ਜੀ ਕਰੇਟਾ ਗੱਡੀ ਨਵੀਂ ਲੈ ਕੇ ਆਉਂਦੀ ਸੀਗੀ। ਆਮ ਰੂਟੀਨ 'ਚ ਉਹ ਰੋਜ਼ ਦੀ ਤਰ੍ਹਾਂ ਬਾਹਰ ਖੜ੍ਹੀ ਸੀਗੀ। ਸਵੇਰੇ 3:20 'ਤੇ ਜੀ ਆਈਡੀਆ 5 ਬੰਦੇ CCTV ਕੈਮਰੇ 'ਚ ਦਿਖਾਈ ਦੇ ਰਹੇ ਨੇਗੇ, ਅਤੇ ਉਹਨਾਂ ਨੇ ਸ਼ੀਸ਼ਾ ਭੰਨਿਆ, ਗੱਡੀ ਨੂੰ ਧੱਕਾ ਲਾ ਕੇ ਅੱਗੇ ਲੈ ਗਏ। ਇਹ ਨਹੀਂ ਪਤਾ ਜੀ ਵੀ ਅੱਗੇ ਹੁਣ ਗੱਡੀ ਨੂੰ ਕਿੱਦਾਂ ਲਗਾਏ ਨੇਗੇ, ਅਤੇ ਬੰਦਿਆਂ ਬਾਰੇ ਕੋਈ ਪਤਾ ਨਹੀਂ ਲੱਗ ਰਿਹਾ ਜੀ। ਕਿਹਦੇ ਨਾਂ 'ਤੇ ਗੱਡੀ? ਗੱਡੀ ਸ਼ਿਵ ਮੰਗਲ ਦੇ ਨਾਂ 'ਤੇ ਜੀ, ਸ਼ਿਵ ਮੰਗਲ ਜੀ ਸਰਬਸ਼੍ਰੀ ਈਸ਼ਵਰਦਾਸ। ਉਸ ਤੋਂ ਬਾਅਦ ਪੁਲਿਸ ਪਹੁੰਚੀ? ਪੁਲਿਸ ਨੇ ਕੀ? ਹਾਂਜੀ, ਉਦੋਂ ਬਾਅਦ ਪੁਲਿਸ ਪਹੁੰਚੀ ਜੀ, ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰਤੀ। ਉੱਥੇ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹ CCTV ਫੁਟੇਜ ਦੇ ਜ਼ਰੀਏ ਚੋਰਾਂ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਜਲਦ ਹੀ ਚੋਰ ਪੁਲਿਸ ਦੇ ਸ਼ਿਕੰਜੇ ਵਿੱਚ ਹੋਣਗੇ। ਇਹ ਸਰ ਅੱਜ ਅਸੀਂ ਜਿਹੜੀ ਇਹ ਕਰੇਟਾ ਗੱਡੀ ਚੋਰੀ ਹੋਈ, ਅੱਜ ਸਾਨੂੰ ਇਤਲਾਹ ਮਿਲੀ ਸੀਗੀ। ਇਸ ਦੇ ਸੰਬੰਧ ਵਿੱਚ ਅਸੀਂ ਸਾਰੇ ਸ਼ਹਿਰ ਦੇ ਟੋਟਲੀ ਰੂਟ ਅਸੀਂ ਚੈੱਕ ਕੀਤੇ ਗਏ, ਜੋ ਇਹ ਗੱਡੀ ਮਤਲਬ ਇੱਥੋਂ ਖਾਈ ਰੋਡ ਵੱਲ ਨੂੰ ਕੈਮਰਾ 'ਚ ਫੁਟੇਜ ਪਾਈ ਗਈ ਹੈ, ਜਿਸ ਦਾ ਅਸੀਂ ਉਸ ਫੁਟੇਜ ਮੁਤਾਬਕ ਇਸ ਦਾ ਪਿੱਛਾ ਕਰ ਰਹੇ ਹਾਂ ਅਤੇ ਇਸ ਨੂੰ ਲੱਭਣ ਦੀ ਟਰੇਸ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ। ਕਿਸ ਤਰ੍ਹਾਂ ਗੱਡੀ ਲੈ ਕੇ ਗਏ ਨੇ ਜੀ? ਕਿਹੜਾ ਨੰਬਰ ਸੀ ਗੱਡੀ ਦਾ? ਇਹ ਗੱਡੀ ਅਤੇ ਇਹ ਇੱਕ ਨਾ ਇੱਥੋਂ ਸੂਏ ਤੋਂ ਪੈਦਲ ਆਏ ਸੀਗੇ 5 ਵਿਅਕਤੀ। ਇਹਨਾਂ ਨੇ ਪਹਿਲਾਂ ਆ ਕੇ ਗੱਡੀ ਦਾ ਪਿਛਲਾ ਸ਼ੀਸ਼ਾ ਤੋੜ ਕੇ ਗੱਡੀ 'ਚ ਅੰਦਰ ਦਾਖਲ ਹੋਏ। ਅੰਦਰ ਦਾਖਲ ਹੋ ਕੇ ਇਹਨਾਂ ਨੇ ਇਹਨੂੰ ਮੂਹਰਲੀ ਤਾਕੀ ਖੋਲ੍ਹ ਕੇ ਇਹਨੂੰ ਬਾਅਦ 'ਚ ਧੱਕਾ ਲਾ ਕੇ ਗਾਹਾਂ ਲੈ ਗਾਹਾਂ ਜਾ ਕੇ ਇਹਨਾਂ ਨੇ ਕਿਸੇ ਜਗ੍ਹਾ 'ਤੇ ਟੋਸ਼ਨ ਪਾਇਆ ਗੱਡੀ ਨੂੰ, ਜੋ ਕੈਮਰੇ ਦੀ CCTV ਫੁਟੇਜ ਆ ਰਿਹਾ ਹੈ। ਗੱਡੀ ਟੋਚਨ ਪਾਈ ਹੈ, ਵਰਨਾ ਕਾਰ ਹੈ, ਪਰੰਤੂ ਕਾਰ ਦਾ ਨੰਬਰ ਸ਼ੋ ਨਹੀਂ ਹੋ ਰਿਹਾ। ਗੱਡੀ ਦਾ ਨੰਬਰ ਕੀ ਸੀ ਜਿਹੜੀ ਆਈ? ਸਰ, ਇਸ ਗੱਡੀ ਦਾ ਨੰਬਰ ਸੀਗਾ PB13BK5452, ਚਿੱਟੇ ਰੰਗ ਦੀ ਗੱਡੀ ਸੀ, ਕਰੇਟਾ ਗੱਡੀ ਸੀਗੀ। ਸਰ, ਇੱਕ ਨਾ ਇੱਥੋਂ ਮਤਲਬ ਸੰਗਰੂਰ ਤੋਂ ਮਿੱਟਲ ਸੀਮਟ ਸਟੋਰ ਦੇ ਮਾਲਕ ਆਏ, ਉਹਨਾਂ ਦੇ ਵੀ ਟਰੈਕਟਰ ਅਤੇ ਟਰਾਲੀ ਰਾਤ ਸਮੇਂ ਚੋਰੀ ਕੀਤੀ ਹੈ। ਉੱਥੇ ਵੀ ਇਹ ਵਰਨਾਕਾਰ ਹੀ ਵਰਤੀ ਗਈ ਹੈ, ਜੋ ਉਹਨਾਂ ਦੀ ਫੁਟੇਜ 'ਚ ਆਈ ਹੈ। ਸਵੇਰਾ ਪੰਜਾਬ ਲਈ ਲਹਿਰਾ ਗਾਗਾ ਤੋਂ ਗਗਨਦੀਪ ਸਿੰਘ ਦੀ ਰਿਪੋਰਟ। All World Open Challenge 17-time Gold Medalist Mia Rafiq Mohammed, Pandit Maulvi Begum Tantrik, Inna Chora Thagga To Savdan, Specialist Vashikaran, Satta Number, Love Marriage, Pati Patni Ch Anban, Videsh Ch Pakka Hona, Karobar Da Na Chalana, Sirf 31 Kentiyan Vich Samadhan, Free, Mia Rafiq Mohammed, Mobile 84374-94647, 84374-94648. ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼।